ਤੁਸੀਂ ਦੇਖ ਰਹੇ ਹੋ ਚੱਕਦੇ ਟੀਵੀ ਮੈਂ ਹਾਂ ਕਮਲਦੀਪ ਕੌਰ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਨੇ ਕਾਂਗਰਸ ਤੋਂ ਬਾਅਦ ਹੁਣ ਦਲਿਤ ਭਾਈਚਾਰਾ ਸੁਨੀਲ ਜਾਖੜ ਖਿਲਾਫ ਸਖਤ ਮਿਜ਼ਾਜ 'ਚ ਕਾਰਵਾਈ ਕਰਵਾ ਰਿਹਾ ਹੈ ਜਿਵੇਂ ਕਿ ਐਸਸੀ ਕਮਿਸ਼ਨ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਭੇਜ ਕੇ 15 ਦਿਨਾਂ ਦੀ ਹਦਾਇਤਾਂ ਅੰਦਰ ਸੁਨੀਲ ਜਾਖੜ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਇਹ ਮਾਮਲਾ ਐਸਸੀ ਕਮਿਸ਼ਨ ਨੇ ਇੱਕ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਚੁੱਕਿਆ ਦਰਅਸਲ ਬੀਤੇ ਦਿਨੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸੀਆਂ ਦੀ ਲੀਡਰਸ਼ਿਪ ਬਾਰੇ ਟਿੱਪਣੀ ਕੀਤੀ ਗਈ ਜਿਸ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਜੋੜਿਆ ਜਾ ਰਿਹਾ ਹੈ ਉਸ ਟਿੱਪਣੀ ਉਹਨਾਂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕੀਤੀ ਇਸ ਮਗਰੋਂ ਐਸਸੀ ਭਾਈਚਾਰੇ ਨੇ ਸੁਨੀਲ ਜਾਖੜ ਦਾ ਸਖਤ ਵਿਰੋਧ ਕੀਤਾ ਇਸ ਟਿੱਪਣੀ ਤੇ ਐਸਸੀ ਸਮਾਜ ਦੇ ਲੋਕਾਂ ਨੇ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ ਵੀ ਕੀਤਾ ਰੋਹ ਵਜੋਂ ਉਹਨਾਂ ਨੇ ਗੁੱਸੇ ਦਾ ਪ੍ਰਗਟਾਵਾ ਕੀਤਾ ਤੇ ਹੁਣ ਦਲਿਤ ਭਾਈਚਾਰੇ ਦੇ ਵਿਜੇ ਕੁਮਾਰ ਨੇ ਜੋ ਕਿ ਆਗੂ ਨੇ ਦਲਿਤ ਭਾਈਚਾਰੇ ਦੇ ਉਹਨਾਂ ਐਸਸੀ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਕਰਕੇ ਸੁਨੀਲ ਜਾਖੜ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਵੱਡੀ ਮੰਗ ਰੱਖੀ ਦਲਿਤ ਭਾਈਚਾਰੇ ਦੇ ਆਗੂ ਵਿਜੇ ਕੁਮਾਰ ਨੇ ਦਾਅਵਾ ਕੀਤਾ ਕਿ ਸੁਨੀਲ ਜਾਖੜ ਦੀ ਚਰਨਜੀਤ ਚੰਨੀ ਨਾਲ ਪਾਰਟੀਬਾਜ਼ੀ ਹੋ ਸਕਦੀ ਹੈ ਪਰ ਅਜਿਹੀ ਟਿੱਪਣੀ ਕਰਕੇ ਇਕੱਲੇ ਚਰਨਜੀਤ ਚੰਨੀ ਦਾ ਨਹੀਂ ਸਗੋਂ ਸਮੁੱਚੇ ਦਲਿਤ ਭਾਈਚਾਰੇ ਦਾ ਸੁਨੀਲ ਜਾਖੜ ਨੇ ਅਪਮਾਨ ਕੀਤਾ ਹੈ ਇਸ ਤੇ ਉਹਨਾਂ ਨੇ ਅਨੁਸੂਚਿਤ ਜਨਜਾਤੀ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਇਸ ਮਗਰੋਂ ਅੱਜ ਐਸਸੀ ਕਮਿਸ਼ਨ ਦੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ 15 ਦਿਨਾਂ ਦੇ ਅੰਦਰ ਕੇਸ ਦਰਜ ਕਰਨ ਲਈ ਨੋਟਿਸ ਭੇਜ ਦਿੱਤਾ ਵਿਜੇ ਕੁਮਾਰ ਨੇ ਸਾਬਤ ਕੀਤਾ ਕਿ ਜੇਕਰ ਪੁਲਿਸ ਨੇ ਸੁਨੀਲ ਜਾਖੜ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਉਹ ਅਦਾਲਤ ਵੱਲ ਨੂੰ ਰੁਖ ਕਰਨਗੇ ਤੇ ਪੁਲਿਸ ਖਿਲਾਫ ਪ੍ਰਦਰਸ਼ਨ ਵੀ ਕਰਨਗੇ ਜਿਸ ਨਾਲ ਵੱਡਾ ਰੋਸ ਜਤਾਇਆ ਜਾ ਸਕਦਾ ਹੈ ਸਰਕਾਰ ਲਈ ਮੌਜੂਦਾ ਪੁਲਿਸ ਪ੍ਰਸ਼ਾਸਨ ਲਈ ਕਿ ਜੋ ਸੁਨੀਲ ਜਾਖੜ ਖਿਲਾਫ ਐਕਸ਼ਨ ਨਹੀਂ ਲੈ ਰਹੇ ਜੇਕਰ ਦੇਖਿਆ ਜਾਵੇ ਇੱਕ ਪਾਸੇ ਕਾਂਗਰਸੀ ਵੀ ਸੁਨੀਲ ਜਾਖੜ ਖਿਲਾਫ ਸਖਤ ਨੇ ਤੇ ਦੂਸਰੇ ਪਾਸੇ ਐਸਸੀ ਭਾਈਚਾਰੇ ਨੇ ਵੀ ਵੱਡਾ ਐਕਸ਼ਨ ਲੈ ਲਿਆ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕਦੀ ਟੀਵੀ ਦੇ ਨਾਲ